ਜਾਫੀ ਵਾਲਾ ਜੀਨੂੰ ਏੜ ਗੇੜ ਕਹਿੰਦੇ ਲੈ ਵੀ ਪੀਤਿਆ ਪਹਿਲੀ ਕਬੱਡੀ ਕਿਹੜੀ ਟੀਮ ਨੇ ਪਾਉਣੀ ਹੈ ਪਹਿਲੀ ਕਬੱਡੀ ਕਹਿੰਦੇ ਦੜਵੇ ਦੇ ਹਿੱਸੇ ਆਈ ਹੈ ਪਹਿਲੀ ਕਬੱਡੀ ਕਹਿੰਦੇ ਦੜਵੇ ਦੀ ਟੀਮ ਵੱਲੋਂ ਕੌਣ ਪਾਰੇਗਾ ਕਿ ਖੇਡਦਾ ਕਬੱਡੀ ਮੁੰਡਾ ਪਹਿਲੀ ਰੇਡ ਪਾਈ ਹੋਵੇ ਉਹ ਜੱਫਾ ਲੱਗਾ ਦੇਖ ਤਾੜੀ ਲੋਕਾਂ ਨੇ ਵਜਾਈ ਹੋਵੇ ਕਿ ਇੱਕ ਜ਼ੋਰ ਨਾਲ ਪਹਿਲਾ ਡੇਢ ਅੰਕ ਲਿਆ ਕੇ ਥਾਪੀ ਮਾਰ ਜਦ ਲੈਣੀ ਉੱਤੇ ਖੜਦਾ ਫੇਰ ਦਿਲ ਗੱਭਰੂ ਦਾ ਉੱਡ-ਜੂ ਕਰਦਾ ਫੇਰ ਦਿਲ ਗੱਭਰੂ ਦਾ ਆਓ ਕਹਿੰਦੇ ਪਹਿਲੀ ਕਬੱਡੀ ਪ੍ਰਦੀਪ ਤੂਫਾਨ ਉਹ ਢਡੋਲੀ ਪਿੰਡ ਦਾ ਮੁੰਡਾ ਇੱਕ ਤਕੜਾ ਨੰਬਰ ਜੁੜ ਗਿਆ ਉੱਧਰ ਕਹਿੰਦੇ ਅੱਜ ਸਾਡੇ ਗੁਰਵਿੰਦਰ ਦਾ ਵੀ ਜਨਮ ਦਿਨ ਹੈ ਅੱਜ ਕਹਿੰਦੇ ਬਾਡੇ ਬੁਆਏ ਆਇਆ ਹੋਇਆ ਹੈ ਉਹ ਪਿਆਰਾ ਮਨ ਵੀ ਸਾਊਂਡ ਦਾ ਨਾਂ ਵੱਡਾ ਇੱਕ ਵੱਡੀ ਸਾਊਂਡ ਹੈ ਇੱਕ ਚੋਟੀ ਦੀ ਆਵਾਜ਼ ਦਿੱਤੀ ਇਸ ਵੇਲੇ ਨੂੰ ਉਹ ਪਿਆਰਾ ਮਨ ਵੀ ਸਾਊਂਡ ਦਾ ਧੰਨਵਾਦ ਹੈ ਕਬੱਡੀ 365 ਦੇ ਕੈਮਰੇ ਫੋਕਸ ਨੇ ਆਓ ਸਾਹਮਣੇ ਬੱਲੇ 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 ਹਰਵਿੰਦਰ ਦੇ ਕਾਜੂ ਕਾਜੂ ਤੇ ਹਰਵਿੰਦਰ ਆਓ ਲੱਗਦਾ ਜੋਰ ਮੁੰਡਿਆਂ ਦਾ ਆਓ ਨੰਬਰ ਰੇਡਰ ਦਾ ਤੋਲਵੀਰ ਦੇ ਉਹ ਕਹਿੰਦੇ ਅਗਲੀ ਕਬੱਡੀ ਤਿੱਕੀ ਕਪਿਆਲ ਦੀ ਧਰਤੀ ਦਾ ਪਾਉਣ ਦੇ ਲਈ ਵਧਿਆ ਹੋਇਆ ਉਧਰ ਕਹਿੰਦੇ ਤਿੱਕੀ ਸਿੱਖ ਦੌਲਤ ਵਾਲੇ ਦੇ ਜੱਫੇ ਦੇ ਉੱਪਰ ਫੁੱਲਾਂ ਵਾਲੀਆ ਪੱਤੀ ਕਹਿੰਦਾ ਵੀ ਇਹ ਸਾਡੀ ਟੀਮ ਦਾ ਗੱਭਰੂ ਆਏ ਲੈ ਵੀ ਤਿੱਕੀ ਤੇਰੇ ਹਰ ਜੱਫੇ ਦੇ ਉੱਪਰ ਫੁੱਲਾਂ ਵਾਲੀ ਪੱਪੀ ਵੱਲੋਂ 500 ਦਿੱਤਾ ਜਾਵੇਗਾ ਅਨਪਰ ਕਹਿੰਦਾ ਵੀ ਆਹ ਮੈਦੀ ਜੇਤੂ ਟੀਮ ਦੇ ਲਈ ਗੁਰਪ੍ਰੀਤ ਫੌਜੀ ਦੇ ਵੱਲੋਂ 500 ਦੇ ਵੱਡੇ ਮਾਣ ਦਿੱਤੇ ਜਾਣਗੇ ਗੁਰਪ੍ਰੀਤ ਫੌਜੀ ਵੱਲੋਂ ਬਹੁਤ ਤੂਫਾਨ ਦੀ ਵੀ ਕੌਡੀ ਪਾ ਗਈ ਦੋ ਕਬੱਡੀਆਂ ਰਹਿ ਗਈਆਂ 1000 ਰੁਪਏ ਦੀਆਂ ਦਲਜੀਤ ਸਿੰਘ ਸਰਪੰਚ ਸਾਹਿਬ ਕਹਿ ਰਹੇ ਹੋ ਜੀ ਲਓ ਕਹਿੰਦੇ 1000 ਦਿੱਤਾ ਜਾਵੇਗਾ ਇੱਧਰ ਨਾੜ ਝੂਟ ਕਹਿੰਦੇ ਵਾਪਸ ਆ ਗਿਆ ਮੇਰੇ ਮਿੱਤਰੂ ਅਗਲੀ ਕਬੱਡੀ ਕਹਿੰਦੇ ਪ੍ਰਦੀਪ ਤੂਫਾਨ ਦੀ ਭੈਰੀ ਹੈ ਇਹਦਾ ਕਹਿੰਦੇ ਢਡੋਲੀ ਪਿੰਡ ਹੈ ਇਹਦਾ ਢਡੋਲੀ ਪਿੰਡ ਹੈ ਲਓ ਪ੍ਰਦੀਪ ਕਹਿੰਦੇ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਮੇਰੇ ਮਿੱਤਰੂ ਆਓ ਝੁੰਡੇ ਝੰਡੇ ਝੂਲਦੇ ਆ ਵੀ ਕਬੱਡੀ ਜਿੰਦਾਬਾਦ ਹੈ ਲੋਕ ਜਿੰਨੇ ਵੀ ਹੈ ਸਾਰੇ ਕਹਿੰਦੇ ਖੁੱਬੇ ਬੈਠੇ ਹੈ ਇੱਕ ਪਾਸਾ ਹੁੰਦਾ ਦੇਖ ਕੇ ਜਾਣਾ ਹੈ ਇੱਕ ਪਾਸਾ ਹੁੰਦਾ ਦੇਖ ਕੇ ਜਾਣਾ ਹੈ ਅੱਜ ਜੱਸੜ ਪਿੰਡ ਹੈ ਤਰਸੇਮ ਜੱਸੜ ਦਾ ਪਿੰਡ ਹੈ ਇੰਦਰਜੀਤ ਨਿੱਕੂ ਦਾ ਪਿੰਡ ਹੈ ਆਓ ਜਿੱਥੇ ਕਹਿੰਦੇ ਅੱਜ ਰੌਣਕਾਂ ਲੱਗੀਆਂ ਆਓ ਕਹਿੰਦੇ ਆ ਗਿਆ ਨੂਰਪੁਰੇ ਵਾਲਾ ਕੁਲਵੀਰ ਮੇਰੇ ਮਿੱਤਰੋ ਉਹ ਨੂਰਪੁਰੇ ਵਾਲਾ ਕਹਿੰਦੇ ਕੁਲਵੀਰ ਮੇਰੇ ਮਿੱਤਰੋ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਬੱਬੂ ਵੀਰੇ ਕੁਲਵੀਰ ਦੀਆਂ ਦੋ ਕਬੱਡੀ 1000 ਦੀਆਂ ਦਲਜੀਤ ਸਿੰਘ ਸਰਵੰਤ ਸਾਹਿਬ ਲਓ ਸਾਹਮਣੇ ਕਾਜੂ ਹੈ ਕਹਿੰਦੇ ਰਣੀਕੇ ਪਿੰਡ ਵਾਲਾ ਪਰ ਕੁਲਵੀਰਾ ਕਹਿੰਦੇ ਨਿਊਜ਼ੀਲੈਂਡ ਵੀ ਬਹੁਤ ਤਕੜਾ ਖੇਡਿਆ ਹੈ ਆਪਣੀ ਟੀਮ ਲਈ ਨੰਬਰ ਦਾ ਵਾਧਾ ਕਰਦਾ ਹੋਇਆ ਅਗਲੀ ਕਬੱਡੀ ਬਿੱਕੀ ਦੀ ਕਹਿੰਦੇ ਫਿਰ ਪੈ ਰਹੀ ਹੈ ਮੇਰੇ ਮਿੱਤਰੋ ਕਿ ਕਰਤਾ ਕਹਿਰ ਚੋਪੜਾ ਨੇ ਜੋ ਫੌਜ ਕਿਲੇ ਨੂੰ ਢਾਉਂਦੀ ਆਹ ਗੱਲ ਰਾਜੇ ਖੇਲੇ ਦੀ ਸਿੱਧੀ ਧੂ ਕਾਲਜੇ ਪਾਉਂਦੀ ਗੱਲ ਰਾਜੇ ਖੇਲੇ ਦੀ ਸਿੱਧੀ ਧੂ ਕਾਲਜੇ ਪਾਉਂਦੀ ਆਹ ਕਹਿੰਦੇ ਇਸ ਵੇਲੇ ਬਿੱਕੀ ਕਪਿਆਲ ਪਿੰਡ ਦਾ ਤੇ ਬਿੱਕੀ ਸ਼ੇਖ ਦੌਲਤ ਵਾਲਾ ਇਹ ਮੁੰਡਾ ਕਹਿੰਦੇ ਜਗਦੇਵ ਮਾਨ ਦੇ ਪਿੰਡਾਂ ਦਾ ਹੈ ਉਹ ਮੁੰਡਾ ਜਗਦੇਵ ਮਾਨ ਦੇ ਪਿੰਡਾਂ ਦਾ ਇੱਧਰ ਕਹਿੰਦੇ ਹਰਵਿੰਦਰ ਹੈ ਇਹਦਾ ਭੜੀ ਪਨਾਇਕਾਂ ਪਿੰਡ ਹੈ ਮੁੰਡਾ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਚਾਰ ਜਾਫੀ ਪੱਟਾਂ ਦੇ ਥਾਪੀਆਂ ਮਾਰਦੇ ਨੇ ਆਓ ਮਾਸੀ ਦਿਆ ਪੁੱਤਾ ਉਹ ਦਿੰਦੇ ਆ ਮਲ ਕੇ ਬਾਜਰਾ ਆਓ ਹਰਵਿੰਦਰ ਉਹ ਨਹੀਂ ਉੜੀਸਾ ਵਾਏ ਗੱਭਰੂਆ ਉਹ ਖਿੱਚ ਖਿੱਚ ਉੱਧਰ ਕਹਿੰਦੇ ਧਿਆਨ ਨਾਲ ਤਿੜਪੇ ਦੀ ਧਰਤੀ ਦਾ ਬੱਲੇ 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 ਜੇ ਚੰਦਰਾ ਜੇ ਚੰਦਰਾ ਜੇ ਚੰਦਰਾ ਜੇ ਚੰਦਰਾ ਨੰਬਰ ਬਈ ਵਾਹ ਬਈ ਵਾਹ ਆਹੀ ਗੱਲ ਕਹਿਣੀ ਚਾਹੁੰਦੇ ਸੀਗੇ ਆਹੀ ਗੱਲ ਮੈਂ ਕਹਿਣੀ ਚਾਹੁੰਦਾ ਸੀਗਾ ਪਰ ਅਸੀਂ ਬੋਲ ਨਹੀਂ ਸਕਦੇ ਕਿਉਂਕਿ ਰੈਫਰੀ ਵੱਡੇ ਲੱਗਿਆ ਹੈ ਗੁੱਡ ਫੈਸਲਾ ਹੈ ਬਹੁਤ ਵਧੀਆ ਫੈਸਲਾ ਹੈ ਰੇਡ ਪੈ ਗਈ ਦੇ ਬੋਲ ਬੱਬੂ ਦੇ ਉਹ ਕਹਿੰਦੇ ਕਬੱਡੀ ਇਸ ਵੇਲੇ ਤੂਫਾਨ ਪਾਉਣ ਦੇ ਲਈ ਵਧਿਆ ਹੋਇਆ ਲੈ ਵੀ ਨਾਰੀ ਫੜੋ ਤਿਆਰੀ ਬੱਬੂ 500 ਰੁਪਏ ਵੀਰੇ ਜਾਫੀ ਨੇ ਜੱਫਾ ਲਾਇਆ ਤੇ 1000 ਰੁਪਇਆ ਪ੍ਰਦੀਪ ਤੂਫਾਨ ਦਾ ਬਣ ਗਿਆ ਬਾਈ ਜੀ ਠੀਕ ਹੈ ਜੀ ਲਓ ਕਹਿੰਦੇ ਕੁਲਵੀਰ ਦੀ ਫਿਰ ਅਗਲੀ ਕਬੱਡੀ ਜਿਹੜੀ ਉਹ ਪੈ ਰਹੀ ਹੈ ਕੱਲ ਨੂੰ ਕਹਿੰਦੇ ਗੱਗੀ ਦੇ ਪਿੰਡ ਵੱਡਾ ਮੇਲਾ ਹੈ ਹੀਰਾਂ ਵਾਲੀ ਦੀ ਧਰਤੀ ਕੱਲ ਨੂੰ ਵੱਡਾ ਮੇਲਾ ਹੋਵੇਗਾ ਜੂਬੀ ਪੱਟਾ ਕਹਿੰਦੇ ਵੀਰ ਹੈ ਸਾਡਾ ਅਮਰੀਕਾ ਵਾਲਾ ਹੈ ਜਿਹੜਾ ਕਹਿੰਦਾ ਵੀ ਖੋਸੇਕੋਟ ਦੇ ਵਾਲੇ ਅਮਰੀਕ ਦਾ 11000 ਦੀ ਨਗਦ ਰਾਸ਼ੀ ਦੇ ਨਾਲ ਕੱਲ ਨੂੰ ਵੱਡਾ ਮਾਨ ਸਨਮਾਨ ਕੀਤਾ ਜਾਵੇਗਾ ਹੀਰਾਂ ਵਾਲੀ ਦੇ ਮੇਲੇ ਦੇ ਉੱਪਰ ਲਓ ਅਗਲੀ ਕਬੱਡੀ ਕਹਿੰਦੇ ਫਿਰ ਆ ਗਿਆ ਨੌਜਵਾਨ ਪ੍ਰਦੀਪ ਤੂਫਾਨ ਢਡੋਲੀ ਪਿੰਡ ਵਾਲਾ ਹੈ ਦੂਜੇ ਸੈਮੀਫਾਈਨਲ ਮੈਚ ਦੀਆਂ ਟੀਮਾਂ ਨੂੰ ਮੇਰੀ ਬੇਨਤੀ ਹੈ ਬਾਈ ਜਲਦੀ ਟੀਮਾਂ ਗਰਾਊਂਡ ਵਿੱਚ ਆ ਜਾਓ ਇੱਕ ਪਾਸੇ ਟੀਮ ਹੋਵੇਗੀ ਢੋਡੇ ਪਿੰਡ ਦੀ ਔਰ ਦੂਜੇ ਪਾਸੇ ਟੀਮ ਹੋਵੇਗੀ ਪੰਮੇ ਬਾਈ ਧਲੇਰ ਦੀ ਧਲੇਰ ਅਤੇ ਢੋਡੇ ਨੂੰ ਮੇਰੀ ਬੇਨਤੀ ਹੈ ਦੋਨੋਂ ਟੀਮਾਂ ਜਲਦੀ ਜਲਦੀ ਗਰਾਊਂਡ ਵਿੱਚ ਆ ਜਾਣ ਢੋਡੇ ਅਤੇ ਧਲੇਰ
दूजा सैमीफाइनल मैच जो वेगा इन्हां टीमां दा है। रेड पैगी अमरीकत कर दे गल लाओ सामने कहिंदे सिंह सरदार इस वेले कबड्डी पाउण दे लई वादा होया ढोडे दी टीम नूं बेनती है ढोडे ते प्लेयर ए टीमां जल्दी ग्राउंड दे विच आ जाण। लाओ सामने कहिंदे सिंह दी पाई हुई कबड्डी उधर कहिंदे अंग्रेज सिंह काजू और रड़ी के पिंडला ओ मुंडा ट्राई करदा ओ ढेरियां पड़े भी तुरियां जांदियां ओ जसड़ पिंड दा मेला ओ मेला कादा एक पासा नहीं अरी स ओ जा वाह ओए गबरू है कोई गल नहीं हो जाता है वाज बढ़ा दे हूटर वालिया पर एवरीडे नॉट संडे हर दिन एतवार नहीं हुंदा कदे दादे दी है कदे पोथे दी है कदे तुहाडे आओ कदे बगानिया दे रेड टिक्की दी बोल भाई दे ओ कहिंदे टिक्की दी कबड्डी पै रही है मेरे मित्रों लै वी पीतिया हासा पिंड वालिया आ जिहड़े पहले दो नंबर दा जिधर भी आया है आ दो नंबरां ने कहिंदे ऐन ऐन दस्सिया है वी जसड़ दे विच कुछ ना कुछ हुंदा जरूर है ओ तारी ने वी कहिंदे कमाल कर दित्ती है तारी ने कहने अर्जुन दे तीर वांग उंगल खड़ी कीती है के खड़ी उंगली मुंडे दी दसदी आओ दुध पीता बूरी दा आओ खड़ी उंगली मुंडे दी दसदी के दुध पीता बूरी दा आओ सामने के उस वेले मुंडा नूरपुर दे वाला नाड़ चोट आओ कबड्डी पाउण दे लई तड़िया होया खेड ग्राउंड दे विच उधर कहिंदे काला रशीन है साडा बड़ा प्यारा मित्र है काला रशीन पक्के तौर ते वस गया कि मुंडा पर इधर बड़े रोल नहीं आए दे मेले दे लई आओ पहलवान ਕਿੱਥੋਂ ਨਿਕਲ ਗਿਆ ਨਿਮਰਤਾ ਹੈ ਇਹ ਪਿਆਰ ਹੈ ਹੰਕਾਰ ਚਾਹੀਦਾ ਵੀ ਨਹੀਂ ਹੰਕਾਰ ਚਾਹੀਦਾ ਵੀ ਨਹੀਂ ਆਓ ਜੇ ਕਹਿੰਦੇ ਤਾਸ਼ ਦਾ ਪੱਤਾ ਗੁੰਮ ਹੋ ਜੇ ਲੋਕੀ ਝੱਟ ਚੌਕਰ ਨੂੰ ਬਾਦਸ਼ਾਹ ਬਣਾ ਲੈਂਦੇ ਆ ਹੰਕਾਰ ਚਾਹੀਦਾ ਵੀ ਨਹੀਂ ਰੇਡ ਪੈ ਗਈ ਖੇਮੇ ਵਾਲਿਆ ਕਰ ਗੱਲ ਉਹ ਕਹਿੰਦੇ ਢਟੋਲੀ ਵਾਲਾ ਵੀ ਅੱਜ ਰੁਕਣ ਦੇ ਮੂਡ 'ਚ ਨਹੀਂ ਲੱਗਦਾ ਹੈ ਪ੍ਰਦੀਪ ਕਹਿੰਦੇ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਉਧਰੋਂ ਰਾਜਾ ਆਸਟ੍ਰੇਲੀਆ ਸਾਡਾ ਵੀਰ ਆਏ ਉਹ ਕਹਿੰਦਾ ਵੀ ਕਾਜੂ ਦੇ ਦੋ ਜੱਫਿਆਂ ਦੇ ਉੱਪਰ ਵੱਡੇ ਮਾਨ 1000 ਦੇ ਕੀਤੇ ਜਾਣਗੇ ਨਾਲ ਬਿਸਕੀ ਬੂਲ ਸਾਡਾ ਵੀਰ ਅਤੇ ਬੂਲ ਪਿੰਡ ਦਾ ਅਮਨਾ ਭਰਾ ਨੇ ਸਾਡੇ ਕਹਿੰਦੇ ਕਾਜੂ ਦੇ ਦੋ ਜੱਫੇ 1000 ਦੇ ਹੋਣਗੇ ਇਹਨਾਂ ਵੀਰਾਂ ਦੇ ਵੱਲੋਂ ਮੇਰੀ ਬੇਨਤੀ ਹੈ ਬਾਈ ਢੋਡੇ ਅਤੇ ਤਲੇਰ ਇਹ ਟੀਮਾਂ ਜਲਦੀ ਨਾਲ ਹੀ ਗਰਾਊਂਡ ਦੇ ਵਿੱਚ ਆ ਜਾਣ ਉਹ ਹਰਵਿੰਦਰ ਕਹਿੰਦੇ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਹੈ ਇੱਕ ਕੰਨੀ ਦੇ ਉੱਪਰ ਉਹ ਕਾਜੂ ਦੀ ਗੱਲ ਕੀਤੀ ਆ ਭਰਾਵਾਂ ਨੇ ਪਰ ਹਰਵਿੰਦਰ ਕਹਿੰਦੇ ਵਾਪਸ ਆ ਗਿਆ ਹੈ ਅਗਲੀ ਕਬੱਡੀ ਕੌਣ ਕੌਣ ਪਾਵੇਗਾ ਮੇਰੇ ਮਿੱਤਰੋ ਉਹ ਪਤਾ ਤੈਨੂੰ ਵੀ ਹੈ ਖੰਨੇ ਵਾਲਿਆਂ ਨੂੰ ਦੁਨੀਆ ਤੂਫਾਨ ਕਹਿੰਦੀ ਹੈ ਆਹ ਤੂਫਾਨ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਵਿੱਕੀ ਸ਼ੇਖ ਦੌਲਤ ਵਾਲਾ ਹੈ ਨਾਲ ਦਿਆਂ ਨੂੰ ਕਹਿੰਦਾ ਹੈ ਜੇ ਇੱਥੇ 19 ਕੀ ਹੋ ਗਈ ਤੇ ਗੱਡੀ ਦੇ ਸ਼ੀਸ਼ੇ ਝਾੜਨੇ ਪੈਣੇ ਆ ਉਹ ਗੱਡੀ ਦੇ ਸ਼ੀਸ਼ੇ ਝਾੜਨੇ ਪੈਣੇ ਆ ਜੇ ਇੱਥੇ ਆ ਕੇ ਹਰ ਗਏ ਨਾ ਉੱਧਰ ਦੇ ਨਾ ਉੱਧਰ ਦੇ ਜੇ ਇੱਥੇ ਆ ਕੇ ਹਰ ਗਏ ਬਾਕੀ ਕਿਸਮਤਾਂ ਦੇ ਫੈਸਲੇ ਲੇਖਾ ਤਕਦੀਰਾਂ ਵੀ ਟੱਕਰ ਉਹ ਜੋਰਾਂ ਵੀ ਟੱਕਰ ਉਹ ਬੱਲੇ ਬੱਲੇ ਹੋ ਗਈ ਮੇਰੇ ਮਿੱਤਰੋ ਇੱਧਰ ਕਹਿੰਦੇ ਪ੍ਰਦੀਪ ਤੂਫਾਨ ਉਹ ਬੱਲੇ 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 ਪਿਆਰ ਨਾਲ ਇੱਥੇ ਹੈਗਾ ਕੁਝ ਆਪਾਂ ਪੱਟ ਕੇ ਦੇਖੀਏ ਪਿਆਰ ਦੀ ਖੇੜਾ ਪਿਆਰ ਨਾਲ ਲਾਈਵ ਚ ਦੇਖੋ ਕਹਿੰਦੇ ਪਿਆਰ ਦੀ ਖੇੜਾ ਪਿਆਰ ਨਾਲ ਪਿਆਰ ਦੀ ਖੇੜਾ ਕਹਿੰਦੇ ਆ ਨਾ ਪਿਆਰ ਨਾਲ ਭਾਵੇਂ ਮਿਰਚਾਂ ਵੇਚ ਲਓ ਤੇ ਗੁੱਸੇ ਵਾਲੇ ਬੰਦੇ ਦੀ ਖੰਡ ਨਹੀਂ ਵਿਕਦੀ ਇਹ ਖੇਡ ਹੀ ਪਿਆਰ ਦੀ ਹੈ ਪੀਤਿਆ ਮਿਲਾਂਗੇ ਜ਼ਰੂਰ ਪਰ ਭਾਈ ਆ ਮਜਬੂਰੀ ਨੂੰ ਸਮਝ ਜਾਂਦੇ ਆ ਉਦੋਂ ਬਾਹਰ ਚਲੇ ਗਏ ਫੇਰ ਐਰਕੀ ਮੋਦੀ ਜੜਾਂ ਦੇ ਵਿੱਚ ਬਹਿ ਗਿਆ ਕਿਸਾਨਾਂ ਦੇ ਕੋਈ ਗੱਲ ਨਹੀਂ ਜਿੱਤ ਹੋਵੇਗੀ ਡਟੇ ਰਿਹੋ ਪਿੱਛੇ ਮੁੜ ਕੇ ਦੇਖਣ ਦਾ ਕੀ ਫਾਇਦਾ ਜਦੋਂ ਮੁੜਨਾ ਹੀ ਨਹੀਂ ਪਿੱਛੇ ਕੀ ਫੈਸਲੇ ਨੇ ਪੀਤਿਆ ਉਹਦਾ ਸਾਨੂੰ ਵੀ ਪਤਾ ਉਹ ਕਹਿੰਦੇ ਸਾਡਾ ਉਹ ਕਹਿੰਦੇ ਸਾਡਾ ਹੁਣ ਨਵੇੜੋ ਕੇ ਲੋਟ
राजू करो फैसला मेरा वीर घोगे होनी साढ़े वीर ग्राउंड दे विच जाणगे अनवर वीरे ਉਹਦੇ ਬਹੁਤ ਬਹੁਤ ਧੰਨਵਾਦ ਹੈ ਜਿੰਨੀਆਂ ਸਤਿਕਾਰਯੋਗ ਸ਼ਖਸੀਅਤਾਂ ਨੇ ਵੱਡੇ ਸਹਿਯੋਗ ਪਾਇਆ ਉਹਨਾਂ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾ ਰਿਹਾ ਹੈ ਮੈਚ ਬੜੇ ਤਗੜੇ ਖੇਡੇ ਜਾ ਰਹੇ ਆ ਮੇਰੇ ਵੀਰੋ ਉਧਰ ਸਾਡਾ ਬੜਾ ਪਿਆਰਾ ਵੀਰ ਹੈ ਬੱਬੂ ਖੰਨਾ ਅਮਰੀਕ ਖੋਸਾ ਗੋਰਲਾ ਇਸ ਮੈਚਾਂ ਦੇ ਨਾਲ ਜੁੜੇ ਹੋਏ ਹੈ ਆਹ ਗੱਲਾਂ ਜਿਹੜੀਆਂ ਹੈ ਉਹ ਟਿਕਾਣੇ ਤੇ ਲੱਗ ਰਹੀ ਹੈ ਬਹੁਤ ਬਹੁਤ ਧੰਨਵਾਦ ਆ ਸਾਰੇ ਭਰਾਵਾਂ ਦਾ ਨਵੀਂ ਧੋਨੀ ਵੀਰ ਅਗਲੇ ਮੈਚ ਦੀਆਂ ਟੀਮਾਂ ਜਿਹੜੀਆਂ ਹੋਣਗੀਆਂ ਬੇਨਤੀ ਹੈ ਸਾਡੀ ਢੋਟੇ ਅਤੇ ਧਲੇਰ ਢੋਟੇ ਅਤੇ ਧਲੇਰ ਮਾਈਕ ਦੇ ਉੱਪਰ ਆਉਣਗੇ ਸਾਡੇ ਵੀਰ ਓਮ ਕੜਿਆਣਾ ਅਤੇ ਬਿੱਲਾ ਲਾਲ ਤੋਂ ਓਮ ਕੜਿਆਣਾ ਤੇ ਬਿੱਲਾ ਲਾਲ ਤੋਂ ਬਹੁਤ ਬਹੁਤ ਧੰਨਵਾਦ ਹੈ ਓਮ ਕੜਿਆਣਾ ਬਿੱਲਾ ਲਾਲ ਤੋਂ ਬੜਾ ਪਿਆਰਾ ਵੀਰ ਹੈ ਸੁੱਖਾ ਲਾਖਾ ਉਹ ਵੀ ਪਹੁੰਚਿਆ ਬਿੱਲੇ ਨੇ ਕੀ ਕਰਨ ਵਿੱਚ ਫੂਕ ਮਾਰੀ ਹੈ ਪਤਾ ਨਹੀਂ ਹਾਂਜੀ ਪੈਰੀਆ ਹੁਣ ਨੋਨੀ ਕਠਾਲਾ ਜਿੱਦਾਂ ਗੂਗਲ ਬਣਿਆ ਬੈਠਾ ਇੱਥੇ ਸਰਚ ਮਾਰੀ ਜਾਂਦਾ ਸਾਰਾ ਕੁਛ ਗੂਗਲ ਬੱਬੂ ਤੈਨੂੰ ਪਤਾ ਹੀ ਆ ਭਰਾਵਾ ਐਨ ਸਿਰੇ ਦਾ ਮੇਲਾ ਹੈ ਬੱਬੂ ਖੰਨਾ ਬੜਾ ਪਿਆਰਾ ਵੀਰਾ ਹੈ ਕਬੱਡੀ ਦੇ ਵੱਡੇ ਬੁਲਾਰਿਆਂ ਵਿੱਚ ਨਾਮ ਹੈ ਅਮਰੀਕ ਖੋਸਾ ਗੋਰਲਾ ਐਨ ਗੱਲਾਂ ਜਿਹੜੀਆਂ ਟਿਕਾਣੇ ਆ ਬਾਈ ਬਿੰਦ ਰਣੀਆਂ ਰਾਜੂ ਕਬੱਡੀ ਪੈ ਗਈ ਤੇ ਆ ਵੀ ਖੰਨੇ ਵਾਲਿਆ ਉਹ ਕਬੱਡੀ ਪੈ ਗਈ ਹੈ ਕਹਿੰਦੇ ਨੂਰਪੁਰੇ ਦੀ ਧਰਤੀ ਦਾ ਇਸ ਵੇਲੇ ਕੁਲਵੀਰ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਹੈ ਚਾਰ ਜਾਫੀ ਕਹਿੰਦੇ ਤਿਆਰ ਵਰ ਤਿਆਰ ਨੇ ਉਹ ਸਾਹਮਣੇ ਕਹਿੰਦੇ ਇੱਕ ਨੇ ਕੀਤੀ ਟਰਾਈ ਤੇ ਨੂਰਪੁਰੇ ਵਾਲਾ ਕਹਿੰਦੇ ਕੁਲਵੀਰ ਇਸ ਵੇਲੇ ਵਾਪਸ ਆ ਗਿਆ ਹੈ ਅਗਲੀ ਕਬੱਡੀ ਕਹਿੰਦੇ ਢਡੋਲੀ ਵਾਲੇ ਤੂਫਾਨ ਦੀ ਪੈ ਰਹੀ ਹੈ ਹਾੜ ਦੀ ਕਹਿੰਦੇ ਅਗਲੀ ਕਬੱਡੀ ਪੈ ਰਹੀ ਹੈ ਚਾਰ ਜਾਫੀ ਥਾਪੀਆਂ ਮਾਰਦੇ ਹੈ ਹੁਣ ਦੇਖਾਂਗੇ ਵੀ ਕੌਣ ਬੱਲੇ ਬੱਲੇ ਕਰਵਾਵੇਗਾ ਰਾਜੂ ਆਸਟ੍ਰੇਲੀਆ ਵੱਲੋਂ 500 ਰਾਜਾ ਆਸਟ੍ਰੇਲੀਆ ਵੱਲੋਂ 500 ਦਿੱਤਾ ਜਾਵੇਗਾ ਆਓ ਸਾਹਮਣੇ ਕਹਿੰਦੇ ਤੂਫਾਨ ਕਬੱਡੀ ਪਾ ਰਿਹਾ ਗਿੱਟਾ ਫੜਿਆ ਹੋਇਆ ਪਰ ਮੁੰਡਾ ਕਹਿੰਦੇ ਹੱਥਾਂ ਦੇ ਵਿੱਚੋਂ ਤਿਲਕਦਾ ਜਾਂਦਾ ਹੈ ਉਹ ਨੰਬਰ ਪ੍ਰਦੀਪ ਆਪਣੀ ਟੀਮ ਦੇ ਲਈ ਜੋੜਦਾ ਹੋਇਆ ਹੈ ਪ੍ਰਦੀਪ ਟੈਮ ਕਸੂਥਾ ਉਹ ਚੰਦਰਿਆ ਭੱਜਣ ਦੀ ਕਰਿਆ ਕਰ ਅਗਲੀ ਰੇਡ ਖੰਡੇ ਵਾਲਿਆ ਕਰ ਗੱਲ ਉਹ ਕਹਿੰਦੇ ਭਲਵਾਨ ਨੇ ਇਸ ਵੇਲੇ ਜਿਹੜੀ ਉਹ ਪਾਣੀ ਦੀ ਘੁੱਟ ਭਰੀ ਹੈ ਨੂਰਪੁਰੇ ਵਾਲਾ ਕਹਿੰਦੇ ਕੁਲਵੀਰ ਇਸ ਵੇਲੇ ਜਿਹਨੂੰ ਦੁਨੀਆਂ ਛੋਟਾ ਛੋਟਾ ਨਾੜ ਜੋੜ ਕਹਿੰਦੀ ਹੈ ਉਧਰ ਵੱਡਾ ਨਾੜ ਜੋੜ ਵੀ ਆਪਣੇ ਆਪ ਨੂੰ ਕਹਿੰਦੇ ਵਾਰਮ ਅਪ ਕਰੀ ਜਾਂਦਾ ਮੇਰੇ ਮਿੱਤਰੋ ਉਹ ਸਾਹਮਣੇ ਕਹਿੰਦੇ ਕਬੱਡੀ ਪੈ ਰਹੀ ਹੈ ਜਿਹੜੀ ਟੀਮ ਆਹ ਮੈਚ ਵਿੱਚੋਂ ਜਿੱਤੇਗੀ ਗੁਰਪ੍ਰੀਤ ਫੌਜੀ ਜੋ ਅਨਵਰ ਵੀਰ ਦੇ ਮਾਸੜ ਜੀ ਉਹਨਾਂ ਵੱਲੋਂ ਕਹਿੰਦੇ 500 ਦਿੱਤਾ ਜਾਵੇਗਾ ਲਓ ਨੂਰਪੁਰੇ ਵਾਲ ਦੀ ਕਹਿੰਦੇ ਰੇਡ ਪੈ ਰਹੀ ਹੈ ਸਾਹਮਣੇ ਕਹਿੰਦੇ ਕਰਕੇ ਟੱਚ ਸੁਲੇ ਕੁਲਵੀਰਾ ਵਾਪਸ ਆ ਗਿਆ ਹੈ ਉਧਰ ਸ਼ੇਖ ਦੌਲਤ ਵਾਲੇ ਪਿੱਕੀ ਦੇ ਜੱਫੇ ਦੇ ਉੱਪਰ 500 ਦਿੱਤਾ ਜਾਵੇਗਾ ਫੁੱਲਾਂ ਵਾਲੀ ਹੈ ਪੱਪੀ ਦੇ ਵੱਲੋਂ ਆਓ ਕਹਿੰਦੇ 500 ਦਿੱਤਾ ਜਾਵੇਗਾ ਹੈਲੋ ਬੱਬੂ ਜਿਹੜੀ ਟੀਮ ਵੀਰੇ ਲੂਜ ਕਰੇਗੀ ਹਰੇਗੀ ਉਹਨੂੰ 500 ਰੁਪਇਆ ਦਲਜੀਤ ਸਿੰਘ ਉਹਨਾਂ ਵੱਲੋਂ 500 ਰੁਪਇਆ ਆਵੇਗਾ ਸਰਦਾਰ ਦਲਜੀਤ ਸਿੰਘ ਸਰਪੰਚ ਸਾਹਿਬ ਜਿਹੜੀ ਟੀਮ ਹਰ ਜਾਵੇਗੀ ਸਮਾਜ ਦੇ ਵਿੱਚੋਂ 500 ਰੁਪਏ ਦੇ ਮਾਣ ਹੋਣਗੇ ਬੱਬੂ ਖੰਨਾ ਗੱਲ ਕਰੂ ਪਈ ਹੋਈ ਕਬੱਡੀ ਉੱਤੇ ਮੇਰੇ ਕਾਹਨੂੰ ਬਾਤ ਪੈ ਗਿਆ ਅਮਰੀਕ ਵੀ ਨਾਲਿਆ ਮੇਰੇ ਲਓ ਸਾਹਮਣੇ ਕਹਿੰਦੇ ਕਬੱਡੀ ਪਾਉਣ ਦੇ ਲਈ ਇਸ ਵੇਲੇ ਨੂਰਪੁਰੇ ਵਾਲਾ ਕੁਲਵੀਰ ਆ ਗਿਆ ਅਮਰੀਕ ਕਰ ਗੱਲ ਮੁੰਡੇ ਦੀ ਆਓ ਸਾਹਮਣੇ ਕਹਿੰਦੇ ਕੁਲਵੀਰ ਆ ਗਿਆ ਨਾੜ ਝੋਟ ਆ ਗਿਆ ਇਹ ਛੋਟਾ ਨਾੜ ਝੋਟ ਆ ਜਿਹੜਾ ਹੁਣ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਇੱਧਰ ਕਹਿੰਦੇ ਚਾਰ ਨੇ ਗੁਰਧਿਆਨ ਸਿੰਘ ਹੈ ਨੌਜਵਾਨ ਕਹਿੰਦੇ ਮਾਲਵਾ ਦੀ ਖੇਡ ਕਲੱਬ ਵੱਲੋਂ ਨਿਊਜ਼ੀਲੈਂਡ ਦੇ ਵਿੱਚ ਬਹੁਤ ਸੋਹਣਾ ਖੇਡਿਆ ਨਾਲ ਕਹਿੰਦੇ ਰਣੀਕੇ ਪਿੰਡ ਦਾ ਕਾਜੂ ਹੈ ਜਿਹਦੀ ਯਾਰੀ ਕਹਿੰਦੇ ਆਓ ਚੰਦੇੜੀ ਵਾਲੇ
बब्बू दे नाल है। आओ सामने कहते नंबर रेडर दे इससे जुड़ता होया अगली कबड्डी कहते तूफान दी पैन लगी है। लाओ तूफान कहते अगली रेड पा रहा है लखे दे चर्चे हुए है। आओ कहते गगन वर्गे काला कहते पक्के तौर पर इंग्लैंड दे विच बस गया है। आओ काला कहते इंग्लैंड दे विच बस गया है। ढंडोली पिंड दे मुंडिया ने चर्चे कहते दुनिया दे विच है। अज जसड़ पिंड दे विच रौनक लगिया ने वड्डा मेला है। पहला सेमी फाइनल मैच खेडा जा रहा मैच समाप्त है। इस मैच दे विचों टीम दड़पा जेतू रही है। उधर सरदार सरदीप सिंह जी ढिलो दीपू साडा वीर सरदीप सिंह दीपू पिंड लहारा जेतू टीम दे वास्ते वड्डा मान सम्मान है। दोनों टीमों के प्लेयर एक जी ने जफा लाया सी 1000 रुपया साडे ढिलो सरदीप सिंह जी ढिलो साहब उन्होंने वालों वड्डे मान सम्मान है। प्रदीप तपान का हाँ 1000 है ते नाल साडे जाफी का 500 मेरे को प्राप्त कर लो जी। माइक दे परौणगे साडे वीर ओम कड़ियाणा ते बिल्ला लाल तों।